ਬੱਚਿਆਂ ਨੂੰ ਹੁਨਰ ਸਿਖਾਉਣ ਲਈ ਫਿਰੋਜ਼ਪੁਰ 'ਚ ITI ਕੇਂਦਰ ਖੋਲ੍ਹਿਆ ਗਿਆ ਸੀ, ਪਰ ਸਰਕਾਰਾਂ ਦੀ ਅਣਗਹਿਲੀ ਦੇ ਚੱਲਦੇ ITI ਖੰਡਰ ਬਣਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ITI 'ਚ 41 ਟ੍ਰੈਡਸ ਵਿੱਚੋਂ 17 ਟ੍ਰੈਡਸ 'ਚ ਕੁੱਲ 280 ਬੱਚੇ ਸਿਖਲਾਈ ਲੈ ਰਹੇ ਨੇ। ਹਾਲਤ ਇਹ ਹੈ ਕਿ ਬੰਦ ਪਏ ਟ੍ਰੈਡਸ 'ਚ ਇੰਸਟ੍ਰਕਟਰ ਨਾ ਹੋਣ ਦੇ ਚੱਲਦੇ ਟ੍ਰੈਡਸ ਖਤਮ ਹੁੰਦੀ ਜਾ ਰਹੀ ਹੈ ਅਤੇ ITI ਕੇਂਦਰ ਦੀ ਇਮਾਰਤ ਵੀ ਖਸਤਾ ਹਾਲਤ ਹੁੰਦੀ ਜਾ ਰਹੀ ਹੈ। ਇੰਸਟ੍ਰਕਟਰਾਂ ਦੀ ਘਾਟ ਕਾਰਨ ਉਹ ਬੰਦ ਪਈਆਂ, ਟੀਚਰ ਜਿਹੜੇ ਟੀਚਰਾਂ ਦੇ ਇੰਸਟ੍ਰਕਟਰ, ਠੀਕ ਹੈ, ਦੀ ਘਾਟ ਕਾਰਨ ਬੰਦ ਪਈਆਂ। ਉਹ ਲਿਖਿਆ ਗਿਆ ਟੀਚਰ ਭੇਜਣਾ, ਟੀਚਰ ਕੋਈ ਭਰਤੀ ਨਹੀਂ ਕਰ ਰਿਹਾ। ਹਾਂਜੀ, ਭਰਤੀ ਕਰਨਗੇ ਤਾਂ ਫਿਰ ਹੀ ਟੀਚਰ ਆਉਣਗੇ। ਰੁਝਾਨ ਜ਼ਿਆਦਾ ਹੈ ਬੱਚਿਆਂ ਦਾ ਜਿਹੜਾ, ਉਹ ਬਾਹਰ ਦੇ ਦੇਸ਼ ਵਾਸਤੇ ਹੈ। ਸਾਡੇ ਕੋਲ ਟ੍ਰੇਡਾਂ ਇਹੋ ਜਿਹੀਆਂ ਜਿਹੜੀਆਂ ਕਾਰਪੈਂਟਰ ਹੋਇਆ, ਮਸ਼ੀਨਿਸਟ ਹੋਇਆ, ਵੈਲਡਰ ਹੋਇਆ, ਇਹ ਬੱਚੇ ਜ਼ਿਆਦਾ ਕੋਰਸ ਕਰਕੇ ਇਹ ਬਾਹਰ ਜਾਂਦੇ। ਉੱਥੇ ਹੀ ITI ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇੱਥੇ ਬੱਚਿਆਂ ਨੂੰ 3 ਮਹੀਨਿਆਂ ਦਾ ਡਿਪਲੋਮਾ ਕਰਾਇਆ ਜਾਂਦਾ ਹੈ, ਪਰ ਕੇਂਦਰ 'ਚ ਇੰਸਟ੍ਰਕਟਰ ਨਾ ਹੋਣ ਕਾਰਨ ਕਈ ਮੇਨ ਟ੍ਰੇਡਸ ਬੰਦ ਹੋ ਗਈਆਂ ਨੇ। ਤੁਸੀਂ ਸਾਡੇ ਧਿਆਨ 'ਚ ਲਿਆਂਦਾ ਕਿ ITI ਦੇ ਵਿੱਚ ਕੋਈ ਬਿਲਡਿੰਗ ਡੈਮੇਜ ਹੋ ਰਹੀ ਹੈ, ਉਹਦੇ ਉੱਤੇ ਅਸੀਂ ਟੀਮ ਬਣਾ ਕੇ ਭੇਜ ਦਿੰਦੇ ਹਾਂ ਅਤੇ ਜੋ ਵੀ ਹੋਣ ਵਾਲਾ ਹੋਵੇਗਾ, ਕੰਸਟਰਕਸ਼ਨ ਜਾਂ ਰੀਕੰਸਟਰਕਸ਼ਨ ਜਾਂ ਜੋ ਵੀ ਉਹਦਾ ਕੰਮ ਹੋਣ ਵਾਲਾ ਕਰਵਾ ਦਿੱਤਾ ਜਾਵੇ। ਉੱਥੇ ਹੀ ਮਾਮਲਾ ਧਿਆਨ 'ਚ ਆਉਣ 'ਤੇ DC ਚੰਦਰ ਗੇਂਦ ਨੇ ਕਿਹਾ ਕਿ ਹਾਲਾਤ ਦਾ ਜਾਇਜ਼ਾ ਲਿਆ ਜਾਏਗਾ ਅਤੇ ITI ਕੇਂਦਰ ਨੂੰ ਜਲਦ ਹੀ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਫਿਰੋਜ਼ਪੁਰ ਤੋਂ ਅਕਸ਼ੇ ਗਿਲੋਤਰਾ ਦੀ ਰਿਪੋਰਟ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ, ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।